ਪਿਆਰੇ ਦਰਸ਼ਕੋ ਪ੍ਰੋਗਰਾਮ ਆਪੋ ਆਪਣੀ ਗੱਲ ਦੇਣ ਸਮੇਂ-ਸਮੇਂ ਤੁਹਾਨੂੰ ਦੇਸ਼ ਤੇ ਪੰਜਾਬ ਦੀਆਂ ਅਹਿਮ ਸਖਸ਼ੀਤਾਵਾਂ ਦੇ ਰੂਬਰੂ ਕਰਦੇ ਆਂ ਅੱਜ ਇਸੇ ਸਿਲਸਲੇ ਨੂੰ ਅੱਗੇ ਵਧਾ ਰਹੇ ਆਂ ਸਾਡੇ ਸਟੂਡੀਓ ਵਿੱਚ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਐਚਐਸ ਫੂਲਕਾ ਜੀ ਆਏ ਹਨ ਅਸੀਂ ਉਹਨਾਂ ਨਾਲ ਆਮ ਆਦਮੀ ਪਾਰਟੀ ਦੀ ਮੌਜੂਦਾ ਸਥਿਤੀ ਮੁੱਖ ਵਿਰੋਧੀ ਧਿਰ ਵੱਜੋਂ ਆਉਣ ਵਾਲੇ ਸਮੇਂ 'ਚ ਉਹਨਾਂ ਵੱਲੋਂ ਅਦਾ ਕੀਤੇ ਜਾਣ ਵਾਲੇ ਰੋਲ ਤੇ ਦੇਸ਼ ਦੀ ਰਾਜਨੀਤੀ ਬਾਰੇ ਵਿਚਾਰ ਚਰਚਾ ਕਰਾਂਗੇ। ਫੂਲਕਾ ਜੀ ਅਜੀਤ ਸਟੂਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸੇਵਾਗਤ ਕਰਦੇ ਹਾਂ। ਥੈਂਕ ਯੂ ਜੀ। ਫੂਲਕਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਇਹ ਜਾਨਣਾ ਚਾਹਨਾ ਕਿ ਇਸ ਵਾਰ ਪੰਜਾਬ 'ਚ ਬੜੀ ਮਜ਼ਬੂਤ ਧਾਰਨਾ ਬਣੀ ਹੋਈ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਰਹੀ ਹੈ ਤੇ ਅਗਲੀ ਸਰਕਾਰ ਬਣਾ ਰਹੀ ਹੈ। ਪਰ ਇਹ ਦੇ ਬਾਵਜੂਦ ਜਦੋਂ ਨਤੀਜੇ ਆਏ ਤੇ ਆਮ ਆਦਮੀ ਪਾਰਟੀ 20 ਸੀਟਾਂ ਤੱਕ ਸੀਮਤ ਰਹਿ ਗਈ ਤੇ ਦੋ ਸੀਟਾਂ ਜਿਹੜੀਆਂ ਬੈਂਸ ਭਰਾਵਾਂ ਨੂੰ ਮਿਲੀਆਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਭਾਈਵਾਲ ਸੀਗੇ ਇਹ ਜਿਹੜੀ ਜਿੱਤ ਤੁਹਾਡੇ ਹੱਥਾਂ ਚੋਂ ਆਂਦੀਆਂ ਦੀ ਨਿਕਲ ਗਈ ਹੈ ਇਹਦੇ ਦੋ ਚਾਰ ਅਹਿਮ ਕਾਰਨ ਤੁਸੀਂ ਕੀ ਮੰਨਦੇ ਹੋ ਦੇਖੋ ਪੂਰੀ ਡਿਟੇਲ ਤਾਂ ਜਾਂਚ ਪਾਰਟੀ ਕਰ ਰਹੀ ਹੈ ਜੀ ਹਾਂਜੀ ਜੋ ਡਿਟੇਲ ਪੂਰੇ ਕਾਰਨ ਨੇ ਉਹ ਤਾਂ ਜਦੋਂ ਰਿਪੋਰਟ ਆਏਗੀ ਤਾਂ ਤੁਹਾਨੂੰ ਜਾਣਤ ਕਰਾਂਗੇ ਤੇ ਦੱਸਾਂਗੇ ਹਾਂਜੀ ਪਰ ਜੋ ਹੁਣ ਤੱਕ ਲੱਗ ਰਿਹਾ ਜੋ ਦੋ ਚਾਰ ਚੀਜ਼ਾਂ ਜੋ ਉੱਪਰ ਕੇ ਸਾਹਮਣੇ ਆ ਰਹੀਆਂ ਇੱਕ ਤਾਂ ਜੋ ਅਸੀਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਦਿੱਤਾ ਹਾਂਜੀ ਹਾਂਜੀ ਔਰ ਦੂਸਰਾ ਜੋ ਅਸੀਂ ਪਾਰਟੀ ਦੇ ਵਿੱਚ ਦੂਜੇ ਲੀਡਰ ਜਿਹੜੇ ਕਈ ਵੱਡੇ ਵੱਡੇ ਲੀਡਰ ਆਉਣਾ ਚਾਹੁੰਦੇ ਸੀ ਹਾਂਜੀ ਵੀ ਉਹ ਕਿਸੇ وجہ ਕਰਕੇ ਉਹ ਨਹੀਂ ਆ ਆ ਸਕੇ ਹਾਂਜੀ ਤੇ ਇੱਕ ਇੱਕ ਕਾਰਨ ਜਿਹੜਾ ਹੁਣ ਇਹ EVM ਦਾ ਵੀ ਰਿਹਾ ਕਿ EVM ਦੇ ਵਿੱਚ ਵੀ ਗੜਬੜੀ ਰਹੀ ਹੈ ਹਾਂਜੀ ਤੋਂ ਇਹ ਕਈ ਕਾਰਨ ਨੇ ਹਾਂਜੀ ਪਰ ਪਾਰਟੀ ਹੁਣ ਜਾਂਚ ਕਰ ਰਹੀ ਹੈ ਤੇ ਜਾਂਚ ਕਰਕੇ ਤੇ ਫਿਰ ਜਦੋਂ ਰਿਪੋਰਟ ਆਈਗੀ ਤਾਂਸੀਂ ਹਾਂਜੀ ਉਹਦੇ ਬਾਅਦ ਨਹੀਂ ਤੁਸੀਂ ਮੰਨਦੇ ਆ ਕਿ ਵੀ ਇਹ ਵਿੱਚ ਕੋਈ ਗੜਬੜੀ ਹੋਈ ਹੈ ਇਹ ਕਿਹ ਜਗ੍ਹਾ ਦੇ ਉੱਤੇ ਆ ਜਿੱਥੇ ਦੇਖੋ ਜਿੱਥੇ ਆਮਾਦੀ ਪਾਰਟੀ ਦੇ ਕੈਂਡੀਡੇਟ ਹਾਰੇ ਚ ਉਹ ਜਿੱਥੇ ਤੁਸੀਂ ਗੱਲ ਉੱਥੇ ਤੁਸੀਂ ਆਪਣੇ ਰਿਪੋਰਟਰ ਨੂੰ ਕਹਿ ਦਿਓ ਹਾਂਜੀ ਜਾ ਕੇ ਲੋਕਾਂ ਤੋਂ ਪੁੱਛੇ ਉਸ ਤੋਂ ਬਾਅਦ ਵੋਟਾਂ ਵਾਲੇ ਦਿਨੀ ਉਦੋਂ ਵੀ ਉਦੋਂ ਬਾਅਦ ਵੀ ਕੋ ਟਾਈਮ ਕਾਫੀ ਸੀ ਜਿਹਨੂੰ ਪੁੱਛਦੇ ਸੀ ਕੈਂਸੀ ਜੀ ਆਵਾਜ਼ ਦੀ ਪਾਰਟੀ ਨੇ ਪਾਈ ਆ ਜਿਹਨੂੰ ਪੁੱਛਦੇ ਸੀ ਆਵਾਜ਼ ਦੀ ਪਾਰਟੀ ਨੇ ਪਾਈ ਆ ਹਾਂਜੀ ਤੇ ਜਦੋਂ ਰਿਜ਼ਲਟ ਆਏ ਤਾਂ ਉਹ ਜਾਂਤੀਜੇ ਨੰਬਰ ਤੇ ਹਾਂਜੀ ਜਾਂ ਕਾਫੀ ਪਿੱਛੇ ਹਾਂਜੀ ਤੇ ਮਤਲਬ ਕਿ ਉਥੋਂ ਬੜਾ ਸਿੱਧਾ ਸ਼ੱਕ ਹੋ ਰਿਹਾ ਅੱਛਾ ਪਹਿਲੀ ਗੱਲ ਸੁਣਾ ਮੈਂ ਤੁਹਾਨੂੰ ਦੱਸਾਂ ਹਾਂਜੀ ਹੁਣ ਇਹ ਅੱਜ ਹੀ ਇਲੈਕਸ਼ਨ ਕਮਿਸ਼ਨ ਦੇ ਵਿੱਚ ਉੱਥੇ ਮੀਟਿੰਗ ਸੀਗੀ ਹਾਂਜੀ ਦਿੱਲੀ ਅਸੈਂਬਲੀ ਦੇ ਵਿੱਚ ਕਰਕੇ ਦਿਖਾਇਆ ਕਿ ਈਵੀਐਮ ਹਾਈਕ ਹੋ ਸਕਦੀ ਆ ਇਟ ਟੈਂਪਰ ਹੋ ਸਕਦੀ ਆ ਇਹਦੇ ਇਹਦੇ ਚ ਉਹ ਕਰਕੇ ਦਿਖਾ ਦਿੱਤਾ ਠੀਕ ਹੈ ਤੇ ਦੁਨੀਆ ਦੇ ਵਿੱਚ ਇਕੱਲੇ ਇਹ ਨਹੀਂ ਕਿ ਇਕੱਲੇ ਕੇਜਰੀਵਾਲ ਦੀ ਟੀਮ ਨੇ ਕਰਕੇ ਦਿਖਾਇਆ ਹਾਂਜੀ ਸਭ ਤੋਂ ਪਹਿਲਾਂ ਅਮਰੀਕਾ ਦੇ ਸਾਇੰਟਿਸਟਾਂ ਨੇ ਕਰਕੇ ਦਿਖਾਇਆ ਸੀਐਨਐਨ ਦੇ ਉੱਪਰ ਕਰਕੇ ਦਿਖਾਇਆ ਹਾਂਜੀ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਇਹ ਮਸ਼ੀਨਾਂ ਬੰਦ ਹੋਈਆਂ ਹਾਂਜੀ ਹਾਂਜੀ ਅਮਰੀਕਾ ਨੇ ਤਾਂ ਆਪਣੀ ਤਾਂ ਬੰਦ ਕਰਤੀਆਂ ਹਾਂਜੀ ਉੱਥੇ ਤੇ ਸਾਡੇ ਚੱਲ ਚੱਲਦੀਆਂ ਰਹੀਆਂ ਠੀਕ ਹੈ ਤੇ ਭਾਰਤ ਦੇ ਵਿੱਚ ਵੀ ਸਭ ਤੋਂ ਪਹਿਲੀ ਪਾਰਟੀ ਜੀ ਨੇ ਈਬੀਐਮ ਦੇ ਉੱਤੇ ਸਵਾਲ ਖੜੇ ਕੀਤੇ ਹਾਂਜੀ ਉਹ ਪੰਜਵਾਂ ਹਾਂ ਜੀ ਇਥੇ 2010 ਦੇ ਵਿੱਚ ਜਦੋਂ ਕੁਝ ਸਾਇੰਟਿਸਟਾਂ ਨੇ EVM ਲੈ ਕੇ ਮਿਸਟਰ ਰਾਉਤ ਤੇ ਦੂਜਿਆਂ ਨੇ ਉਹਨਾਂ ਨੇ ਦਿਖਾ ਦਿੱਤਾ ਕਿ EVM ਟੈਂਪਰ ਹੋ ਸਕਦੀ ਹੈ ਇਸ ਤਰ੍ਹਾਂ ਕਰਕੇ ਵੋਟਾਂ ਸਹੀ ਜੇ ਨਹੀਂ ਪੈਂਦੀਆਂ ਜੋ ਪਾਈਆਂ ਰਿਜ਼ਲਟ ਕੁਝ ਹੋਰ ਦਿਖਾਉਂਦੇ ਆ ਉਹਨਾਂ ਦੇ ਉੱਤੇ ਇਲੈਕਸ਼ਨ ਕਮਿਸ਼ਨ ਨੇ ਐਫ ਆਈ ਆਰ ਰਜਿਸਟਰ ਕਰਤੀ ਉਦੋਂ ਭਾਜਪਾ ਹੀ ਸੀ ਜੋ ਸਭ ਤੋਂ ਜ਼ਿਆਦਾ ਰੌਲਾ ਪਾਦੀ ਸੀ ਭਾਜਪਾ ਸ ਸੁਪਰੀਮ ਕੋਰਟ ਵੀ ਚਲੇ ਗਏ ਸੁਪਰੀਮ ਕੋਰਟ ਦੇ ਆਰਡਰ ਵੀ ਕਰਤੇ ਕਿ ਉਹ ਜਿਹੜੀ ਸਲਿੱਪ ਨਿਕਲਦੀ ਆ ਉਹ ਮਸ਼ੀਨਾਂ ਲਗਾਓ ਬੀਵੀ ਪੈਟ ਉਹ ਨੈਕਸਟ ਜਨਰੇਸ਼ਨ ਮਸ਼ੀਨਾਂ ਲਗਾਓ ਹਾਂਜੀ ਉਹ ਤੇ ਹੁਣ ਕਾਂਗਰਸ ਵੀ ਸਾਰੀਆਂ ਪਾਰਟੀਆਂ ਇੱਥੇ ਸਵਾਲ ਖੜੇ ਕਰ ਰਹੀਆਂ ਹਾਂਜੀ ਤਾਂ ਇਹ ਤਾਂ ਜੋ ਕਿਤਨਾ ਕਿਸੇ ਬਹੁਤ ਵੱਡਾ ਹੁਣ ਚੋਣ ਕਮਿਸ਼ਨ ਨੇ ਫੈਸਲਾ ਕਰ ਦਿੱਤਾ ਕਿ ਅਗਲੀ ਕੋਈ ਵੀ ਜਿਹੜੀ ਚੋਣ ਹੋਊਗੀ ਉਹਦੇ ਵਿੱਚ ਨਵੀਆਂ ਮਸ਼ੀਨਾਂ ਹੀ ਵਰਤੀਆਂ ਜਾਣਗੀਆਂ ਜਿਹਦੇ ਵਿੱਚ ਬਕਾਇਦਾ ਰਸੀਦ ਮਿਲੇਗੀ ਚੋਣ ਦੀ ਬਟ ਅੱਛਾ ਇੱਕ ਗੱਲ ਹੋਰ ਹੋਣੀ ਚਾਹੀਦੀ ਹੈ ਹਾਂਜੀ ਹੁਣ ਹਰ ਕਨਸਟੀਚੂਐਂਸੀ ਦੇ ਵਿੱਚ ਪੂਰੀ ਰਸੀਦਾ ਜਿਹੜੀ ਉਹ ਵੋਟਰ ਸ੍ਰੀਪਾ ਉਹ ਪੂਰੀ ਗਿਣਤੀ ਕਰਨ ਦੀ ਲੋੜ ਨਹੀਂ ਹੈ ਹਾਂਜੀ ਪਰ ਹਰ ਕਨਸਟੀਚੂਐਂਸੀ ਦੇ ਵਿੱਚ ਤਕਰੀਬਨ 25% ਜੀ ਉੱਥੇ 200 ਬੂ ਥਾ ਤੇ ਉਹਦੇ ਚੋਂ ਪੰਜਾਬ ਬੂਥਾਂ ਦੇ ਵਿੱਚੋਂ 50 ਮਸ਼ੀਨਾਂ ਦੀਆਂ ਪਰਚੀਆਂ ਜੂਰ ਕਾਊਂਟ ਹੋਣੇ ਚਾਹੀਦੀਆਂ ਉਹ ਦੇਖਣ ਵਾਸਤੇ ਕਿ ਜੋ ਰਿਜ਼ਲਟ ਤੇ ਪਰਚੀ ਦਾ ਤੇ ਜੋ ਮਸ਼ੀਨ ਦਾ ਮੈਚ ਕਰਦਾ ਪਿਛਲੇ ਦਿਨੀ ਜਿਹੜਾ ਦਿੱਲੀ ਚ ਤੁਹਾਡੀ ਮੀਟਿੰਗ ਹੋਈ ਹੈ ਹਾਈ ਕਮਾਂਡ ਦੀ ਉਹਦੇ ਚ ਭਗਵੰਤ ਮਾਨ ਹੋਰਾਂ ਨੂੰ ਪੰਜਾਬ ਦੇ ਕਨਵੀਨਰ ਬਣਾਇਆ ਗਿਆ ਤੇ ਕਨਵੀਨਰ ਬਣਾਏ ਜਾਣ ਤੋਂ ਬਾਅਦ ਕੁਝ ਪਾਰਟੀ ਦੇ ਸੀਨੀਅਰ ਆਗੂਆਂ ਨੇ ਇਤਰਾਜ਼ ਜाहिर ਕੀਤੇ ਆ ਖੈਰੇ ਹੋਣਾ ਨੇ ਕਮਰ ਸੰਧੂ ਹੋਣਾ ਨੇ ਵੀ ਇਤਰਾਜ਼ ਜाहिर ਕੀਤੇ ਆ ਇਹ ਜਿਹੜੀ ਪਾਰਟੀ ਦੇ ਅੰਦਰ ਥੋੜੀ ਜਿਹੀ ਬੇਚੈਨੀ ਪੈਦਾ ਹੋ ਰਹੀ ਹੈ ਇਹਦੇ ਨਾਲ ਤੁਸੀਂ ਕਿਸ ਤਰ੍ਹਾਂ ਨਿਪਟੋਗੇ ਦੇਖੋ ਨਹੀਂ ਹੋਣੀ ਚਾਹੀਦੀ ਤਾਂ ਅਸੀਂ ਉਹਨਾਂ ਸਾਰੇ ਲੀਡਰਾਂ ਦੇ ਨਾਲ ਸੰਪਰਕ ਕਰ ਰਹੇ ਹਾਂ ਹਾਂਜੀ ਸੰਪਰਕ ਕਰਕੇ ਉਹਨਾਂ ਨੂੰ ਮਨਾਵਾਂਗੇ ਇਸ ਗੱਲ ਦੇ ਉੱਤੇ ਹਾਂਜੀ ਤੇ ਜੋ ਫੈਸਲਾ ਹੋਇਆ ਉਹ ਜੀ ਬਹੁਤ ਵੱਡਾ ਫੈਸਲਾ ਹੋਇਆ ਹਾਂਜੀ ਐਮਬੈਲ ਨੂੰ ਪੁੱਛਿਆ ਗਿਆ ਸਾਲ ਨੂੰ ਪੁੱਛਿਆ ਗਿਆ ਬਹੁਤ ਮਨਲਾ ਫੈਸਲਾ ਹੋਇਆ ਹੁਣ ਦੇਖੋ ਜੋ ਪ੍ਰਧਾਨ ਬਣਾਉਣਾ ਤੇ ਇੱਕ ਬਣਾਉਣਾ ਜੀ ਹਾਂਜੀ ਤੇ ਉਹ ਜੇ ਜੋ ਦੂਸਰੇ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਬਣਾ ਕੇ ਪਾਰਟੀ ਦੇ ਨਾ ਰੱਖਾਂਗੇ ਨਾਲ ਹੀ ਰੱਖਾਂਗੇ ਹਾਂਜੀ ਅੱਛਾ ਫੁਲਕਾ ਜੀ ਕੁਝ ਖਬਰਾਂ ਇਸ ਤਰ੍ਹਾਂ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਫਲਾਈਆਂ ਜਾ ਰਹੀਆਂ ਕਿ ਆਪ ਦੇ ਜਿਹੜੇ ਕੁਝ ਵਿਧਾਇਕ ਹੈ ਉਹਨਾਂ ਦੇ ਸੰਪਰਕ 'ਚ ਉਹ ਪਾਰਟੀ ਛੱਡਣ ਦੀਆਂ ਤਿਆਰੀਆਂ ਕਰ ਰਹੇ ਆ ਤੁਸੀਂ ਜਿਹੜੇ ਉਹ ਵਿਰੋਧੀ ਧਿਰ ਦੇ ਆਗੂ ਆ ਸਾਰੇ ਵਿਧਾਇਕ ਹੈ ਜਿਹੜੇ ਆਪ ਦੇ ਉਹ ਤੁਹਾਡੇ ਵੀ ਸੰਪਰਕ 'ਚ ਹੋਣਗੇ ਕੀ ਕੋਈ ਇਸ ਤਰ੍ਹਾਂ ਦਾ ਖੰਧਸ਼ਾ ਤੁਸੀਂ ਦੇਖਦੇ ਆਂ ਕੀ ਦੇਖੋ ਸਾਡਾ ਤਾਂ ਇੱਕ ਇੱਕ ਵਿਧਾਇਕ ਖੜਾ ਜੀ ਹਾਂਜੀ ਪੂਰੀ ਤਰ੍ਹਾਂ ਖੜਾ ਸਾਡੇ ਵਿਧਾਇਕਾਂ ਦੇ ਕੋਲੇ ਚਾਹੇ ਕੁਝ ਨਹੀਂ ਹਾਂਜੀ ਪਰ ਉਹਨਾਂ ਦੇ ਕੋਲੇ ਇਮਾਨਦਾਰੀ ਹੈ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਕਿ ਇਹ ਆਮ ਆਜ਼ਾਦੀ ਪਾਰਟੀ ਦੇ ਵੋਲੰਟੀਅਰਾਂ ਨੇ ਆਪਣੀ ਖੂਨ ਪਸੀਨੇ ਦੀ ਕਮਾਈ ਲਾਲਾ ਕੇ ਹਾਂਜੀ ਉਹਨਾਂ ਨੂੰ ਜਤਾਇਆ ਹਾਂਜੀ ਤਾਂ ਉਹ ਸਭ ਪੂਰੇ ਸੰਸੇਦ ਆਪਣੇ ਵੋਲੰਟੀਅਰ ਦੇ ਨਾਲ ਤੇ ਪਾਰਟੀ ਦੇ ਨਾਲ ਖੜੇ ਨੇ ਹਾਂਜੀ ਪਰ ਬੜੇ ਅਫਸੋਸ ਦੀ ਗੱਲ ਆ ਕਿ ਇਹ ਪਾਰਟੀਆਂ ਇਹ ਭਾਜਪਾ ਹਾਂਜੀ ਇਹ ਸਵਿਧਕਾਂ ਨੂੰ ਕੰਟੈਕਟ ਕਰ ਰਹੇ ਆ ਉਹਨਾਂ ਨੂੰ ਅਪਰੋਚ ਕਰ ਰਹੇ ਆ ਉਹਨਾਂ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਉਹਨਾਂ ਨੂੰ ਜਾ ਜਾ ਕੇ 15-15 ਕਰੋੜ ਰੁਪਏ ਆਫਰ ਕਰ ਰਹੇ ਆ ਮਨ ਕੇ ਬਹੁਤ ਹੀ ਜ਼ਿਆਦਾ ਸ਼ਰਮ ਦੀ ਗੱਲ ਆ ਕਿ ਇੱਕ ਜੋ ਲੋਕਤੰਤਰ ਦੇ ਵਿੱਚ ਹਾਂਜੀ ਇੱਕ ਜਿੱਤ ਕੇ ਬੰਦਾ ਹੈ ਕਿ ਇੱਕ ਪਾਰਟੀ ਵੱਲੋਂ ਆਇਆ ਵਾ ਤੇ ਦੂਜੀਆਂ ਪਾਰਟੀਆਂ ਆਪਣੇ ਸਰ ਪੈਸੇ ਜੋੜਦੇ ਕਿਉਂਕਿ ਪੈਸਾ ਹੀ ਨਾਲ ਕੋਲੇ ਹਾਂਜੀ ਸਰ ਪੈਸਾ ਦਾ ਜੋਰ ਉਹ ਦਿਖਾ ਕੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜਿੰਨੀ ਮਰਜ਼ੀ ਕਰ ਲੈਣ ਜੀ ਹਾਂਜੀ ਸਾਡਾ ਇੱਕੋ ਹੀ ਪਤਾ ਖੱਲਣ ਵਾਲਾ ਨਹੀਂ ਹੈ ਠੀਕ ਹੈ ਜੀ ਅੱਛਾ ਫੂਲਕਾ ਜੀ ਪੰਜਾਬ ਦੇ ਵਿੱਚ ਜਿਹੜੀ ਥੋੜੀ ਬਹੁਤ ਹੀ ਪਾਰਟੀ 'ਚ ਬੇਚੈਨੀ ਤੇ ਨਰਾਜ਼ਗੀ ਪਾਈ ਜਾ ਰਹੀ ਹੈ ਉਹਦੇ ਬਾਰੇ ਆਪਾਂ ਗੱਲ ਕਰ ਲਈ ਆ ਪਰ ਅੱਜਕੱਲ ਦਿੱਲੀ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਕੋਈ ਬਿਹਤਰ ਨਹੀਂ ਬਹੁਤ ਸਾਰੇ ਵਿਵਾਦ ਉੱਠ ਰਹੇ ਆ ਕਪਲ ਮਿਸ਼ਰਾ ਜਿਹੜੇ ਕਿ ਮੰਤਰੀ ਰਹੇ ਆ ਜਿਹੜਾ ਦਿੱਲੀ ਗਵਰਨਮੈਂਟ ਦੇ ਵਿੱਚ ਉਹਨਾਂ ਨੇ ਕੁਝ ਕੇਜਰੀਵਾਲ ਹੋਰਾਂ ਤੇ ਦੋਸ਼ ਲਾਏ ਆ ਇਹਨੂੰ ਤੁਸੀਂ ਕਿਵੇਂ ਲੈਂਦੇ ਆ ਕਿ ਉਹਨਾਂ ਦੋਸ਼ਾਂ 'ਚ ਕੁਝ ਵਜਨ ਹੈ ਜਾਂ ਤੁਸੀਂ ਸਮਝਦੇ ਆ ਕਿ ਜਿਹੜੀ ਸੱਤਾਧਾਰੀ ਧਿਰ ਹੈ ਆ ਭਾਜਪਾ ਉਹਦੇ ਵੱਲੋਂ ਜਿਹੜਾ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੋੜਨ ਲਈ ਕੋਈ ਕੋਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਦੇਖੋ ਮਾਨਕ ਜੀ ਉਹ ਜੇ ਤੁਸੀਂ ਦੇਖੋ ਦੋਸ਼ ਕੀ ਹੈ ਧਿਆਨ ਨਾਲ ਤੁਸੀਂ ਖੁਦ ਦੇਖੋ ਤੁਹਾਡੇ ਸਾਰੇ ਦਰਸ਼ਕ ਦੇਖਣ ਹਾਂਜੀ ਕਪਲ ਮਿਸ਼ਰਾ ਨੇ ਕੀ ਕਿਹਾ ਹਾਂਜੀ ਕਿ ਮੇਰੇ ਸਾਹਮਣੇ ਸਤਿੰਦਰ ਜੈਨ ਨੇ ਆ ਕੇ ਰਿਸ਼ਵਤ ਦੇ ਪੈਸੇ ਕੇਦਰੀਵਾਲੋਂ ਦਿੱਤੇ ਹਾਂਜੀ ਵੀ ਜਦੋਂ ਕਿਸੇ ਨੇ ਰਿਸ਼ਵਤ ਦੇ ਪੈਸੇ ਦੇਣੇ ਆ ਤਾਂ ਕਿਸਦੇ ਸਾਹਮਣੇ ਕਿਉਂ ਤੋਗਾ ਹਾਂਜੀ ਹਾਂ ਦੂਜੀ ਗੱਲ ਹਾਂਜੀ ਜਿਸ ਦਿਨ ਉਹ ਕਹਿ ਰਿਹਾ ਉਹ ਪੈਸੇ ਦਿੱਤੇ ਉਸਤਿੰਦਰ ਜੈਨ ਕਹਿੰਦਾ ਮੈਂ ਉਸਤੋਂ ਕੇਦਰੀਵਾਲ ਦੇ ਘਰ ਹੀ ਨਹੀਂ ਆਇਆ ਹਾਂਜੀ ਮਲਕਿ ਇਹ ਦੋਸ਼ ਹੀ ਇਹਨੇ ਬੇਮੁਨਿਆਤਾ ਬਿਲਕੁਲ ਤੇ ਫਿਰ ਇਹ ਦੋਸ਼ ਉਹਦੇ ਜਿਆਦਾ ਜਿੱਤੇ ਨਾਲ ਮੰਤਰੀ ਹਟਾਤਾ ਹਾਂਜੀ ਮਨਕੇ ਇਹ ਤਾਂ ਸਰਾਸਰ ਇਹਦੇ ਵਿੱਚ ਕੋਈ ਸਚਾਈ ਨਹੀਂ ਹਾਂਜੀ ਕੋਈ ਵਜਹ ਨਹੀਂ ਹੈ ਇਹ ਸਰਾਸਰ ਝੂਠੇ ਦੋਸ਼ ਆ ਤੇ ਵਿਰੋਧੀ ਤਰ੍ਹਾਂ ਦੇ ਕਹਿੰਦੇ ਉੱਤੇ ਇਹ ਦੋਸ਼ ਲਗਾਏ ਜਾ ਰਹੇ ਆ ਠੀਕ ਹੈ ਜੀ ਫੂਲ ਕਹਿੰਦੇ ਅਸੀਂ ਦੇਖਿਆ ਕਿ ਐਸ ਸਮੇਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਜਿਹੜੇ ਵੱਖ-ਵੱਖ ਲੀਡਰ ਹੈ ਉਹਨਾਂ ਤੇ ਉਹ ਕੈਕਟਰਾਂ ਦੇ ਕੇਸ ਜਿਹੜੇ ਆ ਉਹ ਚਲਾਏ ਜਾ ਰਹੇ ਆ ਉਹਨਾਂ ਕੇਸਾਂ ਨੂੰ ਤੇਜ਼ ਕੀਤਾ ਜਾ ਰਿਹਾ ਤੇ ਚਾਹੇ ਉਹ ਕਾਂਗਰਸ ਦੇ ਵੀਰ ਭੱਦਰ ਹੋਣੀ ਹੋਣ ਚਾਹੇ ਉਹ ਇੱਥੇ ਜਿਹੜਾ ਹਰਿਆਣੇ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਉਹ ਹੋਣ ਤੇ ਬਾਕੀ ਨਹਿਰੂ ਗਾਂਧੀ ਪਰਿਵਾਰ ਦੇ ਰਾਹੁਲ ਤੇ ਸੋਨੀਆ ਉਹਨਾਂ ਤੇ ਵੀ ਜਿਹੜੇ ਕੇਸ ਬਣਿਆ ਉਹਨਾਂ ਨੂੰ ਤੇਜ਼ ਕੀਤਾ ਜਾ ਰਿਹਾ ਕੀ ਤੁਸੀਂ ਸੋਚਦੇ ਆ ਕਿ ਕੌਮੀ ਪੱਧਰ ਤੇ ਵਿਰੋਧੀ ਪਾਰਟੀਆਂ ਦਾ ਕੋਈ ਗੱਠ ਜੋੜ ਉਭਰਨ ਤੋਂ ਰੋਕਣ ਲਈ ਕੋਈ ਜਿਹੜੇ ਕੇਸ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਏਜੰਸੀਆਂ ਦੇ ਰਾਹੀਂ ਤੇਜ਼ ਕਰਵਾਇਆ ਜਾ ਰਿਹਾ ਦੇਖੋ ਜੀ ਦੋ ਚੀਜ਼ਾਂ ਹੁੰਦੀਆਂ ਜੀ ਹਮਮ ਕਈ ਕੇਸ ਤਾਂ ਐਸੇ ਆ ਜੋ ਸਹੀ ਮੈਨੇ ਦੇ ਵਿੱਚ ਭ੍ਰਸ਼ਟਾਚਾਰ ਦੇ ਕੇਸ ਆ ਹਾਂਜੀ ਜੋ ਸਹੀ ਮੈਨੇ ਦੇ ਭ੍ਰਸ਼ਟਾਚਾਰ ਦੇ ਕੇਸ ਆ ਉਹਨਾਂ ਤੱਕ ਗੱਲ ਜਾਣਾ ਚਾਹੀਦਾ ਚਾਹੀਦਾ ਠੀਕ ਹੈ ਪਰ ਕਈ ਕੇਸ ਐਸੇ ਆ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਇੱਕ ਤਰ੍ਹਾਂ ਦਾ ਇੱਕ ਰਾਜਨੀਤਿਕ ਹਥਿਆਰ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਵਿਰੋਧੀ ਧਿਰਾਂ ਦਾ ਗਲਾ ਘੁੱਟ ਕੇ ਦਬਾ ਦਿੱਤਾ ਜਾਵੇ ਤਾਂ ਕਿ ਅਗਲੇ 2019 ਦੇ ਵਿੱਚ ਜਿਵੇਂ ਤੁਸੀਂ ਸਹੀ ਕਿਹਾ ਕਿ ਕੋਈ ਮਹਾ ਗਠਬੰਧਨ ਇਹ ਨਾ ਬਣੇ ਭਾਜਪਾ ਦੇ ਖਿਲਾਫ ਬਣ ਕੇ ਖੜਾ ਨਾ ਹੋ ਸਕੇ ਠੀਕ ਹੈ ਜੀ ਤਾਂ ਇਹ ਕੋਸ਼ਿਸ਼ ਵੀ ਬਹੁਤ ਜ਼ਿਆਦਾ ਹੋ ਰਹੀ ਆ ਤੇ ਦੂਜਿਆਂ ਨੂੰ ਡਰਾ ਵੀ ਜਾ ਰਿਹਾ ਕਿ ਟੋਟੇ ਦੇ ਵੀ ਕੇਸ ਕਰ ਦਿਆਂਗੇ ਇਸੇ ਤਰੀਕੇ ਨਾਲ ਕਰ ਦਿਆਂਗੇ ਇਹ ਕੋਸ਼ਿਸ਼ ਬਿਲਕੁਲ ਹੋ ਰਹੀ ਆ ਅੱਛਾ ਫੁਲਕੇ ਜੀ ਤੁਹਾਡਾ ਬੜਾ ਲੰਮਾ ਜੀਵਨ ਹੈ ਜਿਹੜਾ ਐਡਵੋਕੇਟ ਦੇ ਤੌਰ ਤੇ ਰਿਹਾ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਪ੍ਰੈਕਟਿਸ ਕਰਦੇ ਰਹੇ ਆ ਕੀ ਤੁਸੀਂ ਮਹਿਸੂਸ ਕਰਦੇ ਆ ਕਿ ਜਦੋਂ ਇੱਕ ਪਾਰਟੀ ਸਤਾ ਵਿੱਚ ਆ ਜਾਂਦੀ ਹੈ ਉਹਦੇ ਖਿਲਾਫ ਜੋ ਉਹਦੇ ਲੀਡਰਾਂ ਦੇ ਖਿਲਾਫ ਜਿਹੜੇ ਕੇਸ ਹੁੰਦੇ ਆ ਉਹ ਤਾਂ ਧੀਮੇ ਹੋ ਜਾਂਦੇ ਆ ਉਹਨਾਂ ਦੀ ਸੁਣਵਾਈ ਕਈ ਵਾਰ ਏਜੰਸੀਆਂ ਜਾਂਚ ਏਜੰਸੀਆਂ ਇਹ ਜਾ ਕੇ ਕੋਰਟਾਂ 'ਚ ਕਹਿ ਦਿੰਦੀਆਂ ਕਿ ਠੋਸ ਸਬੂਤ ਨਹੀਂ ਲੱਭਦੇ ਕੇਸ ਬੰਦ ਕੀਤੇ ਜਾਣ ਤੇ ਜਦੋਂ ਕੋਈ ਪਾਰਟੀ ਸਤਾਧਾਰੀ ਤਿਰ ਤੋਂ ਵਿਰੋਧੀ ਧਿਰ ਬਣ ਜਾਂਦੀ ਹੈ ਤੇ ਦੂਜੀ ਜਿਹੜੀ ਸਤਾਧਾਰ ਪਾਰਟੀ ਹੈ ਉਹ ਉਹਨਾਂ ਦੇ ਖਿਲਾਫ ਕੇਸ ਹੈ ਜਿਹੜੇ ਉਹਨਾਂ ਨੂੰ ਤੇਜ਼ ਕਰਾ ਦਿੰਦੀ ਹੈ ਤੇ ਕੀ ਇਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਜਿਹੜੀਆਂ ਜਾਂਚ ਏਜੰਸੀਆਂ ਹਨ ਉਹਨਾਂ ਨੂੰ ਜਿਹੜੀਆਂ ਸਤਾਧਾਰੀਆਂ ਵੱਲੋਂ ਵਰਤਿਆ ਜਾਂਦਾ ਜਿੱਦਾਂ ਕਿ ਆਮ ਤੌਰ ਤੇ ਦੋਸ਼ ਲੱਗਦੇ ਹੈ ਸੀਬੀਆਈ ਤੇ ਈਡੀ ਤੇ ਦੋਸ਼ ਲੱਗਦੇ ਹੈ ਇਹਦੇ ਵਿੱਚ ਕੋਈ ਵਜਨ ਹੈ ਤੁਹਾਨੂੰ ਲੱਗਦਾ ਬਿਲਕੁਲ ਬਚਦਾ ਹੈ ਜੀ ਹਾਂ ਜੀ ਇਹ ਜੋ ਵੀ 파ਰਟੀ ਇਨ ਪਾਵਰ ਆ ਜਾਂਦੀ ਹੈ ਸੱਤਾਧਾਰੀ 파ਰਟੀ ਇਹ ਜਾਂਚ ਏਜੰਸੀਆਂ ਨੂੰ ਆਪਣੇ ਵਾਸਤੇ ਆਪਣੇ ਰਾਜਨੀਤਿਕ ਮੰਤਵ ਦੇ ਵਾਸਤੇ ਵਰਤਦੀ ਹੈ ਹਾਂ ਜੀ ਤੇ ਨਾਲ ਦੀ ਨਾਲ ਉਹ ਮਲਕਿ ਇਹ ਨਹੀਂ ਕਿ ਉਹਨਾਂ ਨੂੰ ਵਰਤ ਕੇ ਕਿਸੇ ਨੂੰ ਸਜ਼ਾ ਦਵਾ ਕੇ ਜੇਲ੍ਹ ਭੇਜਦਾ ਹਾਂ ਜੀ ਉਹਨਾਂ ਨੂੰ ਵਰਤ ਕੇ ਡਰਾ ਕੇ ਚੁੱਪ ਕਰਾਉਂਦੇ ਆ ਠੀਕ ਹੈ ਉਹਦੇ ਵਾਸਤੇ ਵਰਤਿਆ ਜਾਂਦਾ ਪੈਸੇ ਤਾਂ ਜਿਆਦਾਤਰ 파ਰਟੀਆਂ ਦੀ ਇੱਕ ਦੂਜੇ ਨਾਲ ਗੱਟਮਟ ਕਰਕੇ ਮਿਲਕੇ ਜਿੰਨਾ ਵੀ ਰਿਸ਼ਵਤ ਦਾ ਪੈਸਾ ਜਿੰਨਾ ਵੀ ਇਹ ਗਲਤ ਕਮਾ ਦਾ ਪੈਸਾ ਉਹ ਵੰਡ-ਵੰਡ ਕੇ ਖਾਰੇ ਨੇ ਆਪਸ ਵਿੱਚ ਪਰ ਉਹ ਸਜ਼ਾ ਨਹੀਂ ਕਿਸੇ ਨੂੰ ਸਜ਼ਾ ਬੜੇ ਘੱਟ ਨੂੰ ਹੁੰਦੀ ਆ ਪਰ ਡਰਾਇਆ ਬਹੁਤ ਨੂੰ ਜਾਂਦਾ ਦਬਕਾ ਰੱਖ ਕੇ ਉਹਨਾਂ ਨੂੰ ਚੁੱਪ ਕਰਾਉਣ ਦੇ ਵਾਸਤੇ ਏਜੰਸੀਆਂ ਨੂੰ ਵਰਤਿਆ ਜਾ ਰਿਹਾ ਇਹ ਸ਼ਰਯਾਮ ਹੋ ਰਿਹਾ ਠੀਕ ਹੈ ਜੀ ਪਿਛਲੀ ਸਰਕਾਰ ਨੇ ਵੀ ਵਰਤਿਆ ਇਹ ਸਰਕਾਰ ਵੀ ਵਰਤ ਰਹੀ ਹੈ ਠੀਕ ਹੈ ਠੀਕ ਹੈ ਜੀ ਅੱਛਾ ਜੀ ਹੁਣ ਤੱਕ ਤੁਸੀਂ ਵਿਰੋਧੀ ਧਿਰ ਦੇ ਆਗੂ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਇਹ ਪਿਛਲੇ ਦਿਨੀ ਤੁਸੀਂ ਆਪਣੇ ਵਿਧਾਇਕਾਂ ਨੂੰ ਲੈ ਕੇ ਕੁਝ ਪੰਜਾਬ ਦੀਆਂ ਮੰਗਾਂ ਲਈ ਪੰਜਾਬ ਦੇ ਗਵਰਨਰ ਹੋਰਾਂ ਨੂੰ ਵੀ ਤੁਸੀਂ ਮਿਲੇ ਆ ਫਿਰ ਵੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਨਾ ਚਾਹਨਾ ਕਿ ਇੱਕ ਮੁੱਖ ਵਿਰੋਧੀ ਧਿਰ ਦੇ ਵਜੋਂ ਆਮ ਆਦਮੀ ਪਾਰਟੀ ਤੁਹਾਡੀ ਅਗਵਾਈ ਚ ਕੀ ਰੋਲ ਅਦਾ ਕਰਨ ਜਾ ਰਹੀ ਹੈ ਸਭ ਤੋਂ ਪਹਿਲੀ ਗੱਲ ਤਾਂ ਜੀ ਵਿਰੋਧੀ ਧਿਰ ਦਾ ਜੋ ਕੰਮ ਆ ਕਿ ਸਰਕਾਰ ਨੇ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਉਹਨਾਂ ਨੂੰ ਪੂਰੇ ਕਰਾਵੇ ਸਰਕਾਰ ਨੂੰ ਮੁੱਕਰ ਨਾ ਦੇਵੇ ਨਹੀਂ ਅਸੀਂ ਉਸੇ ਪੂਰੇ ਜੋਰਾਂ ਸ਼ੋਰਾਂ ਨਾਲ ਲੱਗਾਂਗੇ ਹਾਂਜੀ ਦੂਜਾ ਸਾਡਾ ਕੰਮ ਕਿ ਜਿਹੜੇ ਰੋਜ਼ ਦੀਆਂ ਜ਼ਿੰਦਗੀ ਦੇ ਵਿੱਚ ਜੋ ਲੋਕਾਂ ਨੂੰ ਤਕਲੀਫਾਂ ਆਉਂਦੀਆਂ ਜੋ ਸਰਕਾਰ ਕੋਈ ਕਿਸੇ ਦਾ ਧੱਕਾ ਕਰਦੀ ਆ ਉਸ ਨੂੰ ਰੋਕਿਆ ਜਾਵੇ ਤੇ ਉਹ ਨਾ ਹੋਣ ਦਿੱਤਾ ਜਾਵੇ ਮਲਕਿ ਜੇ ਮੈਂ ਤੁਹਾਨੂੰ ਕਹਾਂ ਵਿਰੋਧੀ ਧਿਰ ਦਾ ਕੰਮ ਕੀ ਹੈ ਜੀ ਸਰਕਾਰ ਦੀ ਦੇ ਜੋ ਧੱਕਾशाही ਤੇ ਆਮ ਜਨਤਾ ਦੇ ਵਿਚਾਰੇ ਇੱਕ ਸ਼ੀਲਡ ਬਣ ਕੇ ਹਾਂਜੀ ਢਾਲ ਬਣ ਕੇ ਖੜੇ ਹਾਂਜੀ ਇਹ ਕਮਾਵਰਦੀ ਚਰਦਾ ਔਰ ਅਸੀਂ ਆਪਣੇ ਲੋ ਪੂਰੀ ਕੋਸ਼ਿਸ਼ ਕਰ ਰਹੇ ਆ ਕੋਟਾ ਲੰਨ ਕੇ ਅਸੀਂ ਖੜੀਏ ਹਾਂਜੀ ਲੋਕਾਂ ਨੂੰ ਜਨਤਾ ਦੇ ਉੱਤੇ ਸਰਕਾਰ ਦਾ ਜ਼ੁਲਮ ਨਾ ਹੁੰਦੀਏ ਧੱਕਾਸ਼ਾਹੀ ਨਾ ਹੁੰਦੀਏ ਔਰ ਇਹੀ ਸਾਡੇ ਮੰਤਵਾ ਔਰ ਇਹਦੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਹੁਣ ਲਗਭਗ 1 ਮਹੀਨੇ ਬਾਅਦ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਜਿਹੜਾ ਹੋਏਗਾ ਉਸ ਬਜਟ ਸੈਸ਼ਨ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਕਿਹੜੇ ਕਿਹੜੇ ਮੁੱਦੇ ਉਠਾਉਣ ਬਾਰੇ ਸੋਚ ਰਹੀ ਹੈ ਆ ਹੁਣੇ ਅਸੀਂ ਜੋ ਮੁੱਖ ਮੁੱਦੇ ਹੈਗੇ ਉਹ ਤਾਂ ਹੈਗੇ ਆ ਜਿਵੇਂ ਇਹ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਜੋ ਕਰਤਾ ਜ਼ਰੇਬਾਜੀ ਬੜੀ ਚੱਲ ਰਹੀ ਆ ਕਿਸਾਨਾਂ ਦੀ ਖੁਦਕਸ਼ੀਆਂ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਤੇ ਉਹ ਮੁੱਦੇ ਲਾਂ ਡਾਕਟਰ ਦਾ ਚਿਟ ਫੰਡ ਕੰਪਨੀਆਂ ਦਾ ਜੋ ਬੇਰੁਜ਼ਗਾਰ ਪੱਤਾ ਨਹੀਂ ਦਿੱਤਾ 300 ਯੂਨਿਟ ਬਿਜਲੀ ਦੇ ਜੋ ਦਰਦ ਪਰਿਵਾਰਾਂ ਨੂੰ ਵਾਦਾ ਕੀਤਾ ਸੀ ਵੀ ਮੁਕਤ ਦਿੱਤੇ ਜਾਣਗੇ ਉਹ ਨਹੀਂ ਦਿੱਤੇ ਔਰ ਇਹ ਜੇ ਹੋਰ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਕੀਤੇ ਉਹ ਤਾਂ ਮੁੱਦੇ ਹੈਗੇ ਹੀ ਹੈਗੇ ਆ ਉਹਨਾਂ ਮੁੱਦਿਆਂ ਦੇ ਨਾਲ ਨਾਲ ਦੇਖੋ ਬੜਾ ਵੱਡੀ ਗੱਲ ਜਿਹੜਾ ਅੱਜ ਕੱਲ ਜੋ ਕਾਨੂੰਨੀ ਵਿਵਸਥਾ ਬੜੀ ਬੁਗੜਦੀ ਜਾ ਰਹੀ ਹੈ ਲਾਅ ਔਰਡਰ ਉਹਦਾ ਮੁੱਖ ਕਾਰਨ ਇਹ ਆ ਹਾਂਜੀ ਕਿ ਜੋ ਪਿਛਲੀ ਸਰਕਾਰ ਨੇ ਉਹਨਾਂ ਨੇ ਜੋ ਗੈਰ ਕਾਨੂੰਨੀ ਧੰਦੇ ਤੇ ਗੁੰਡਾ ਟੈਕ ਸ਼ੁਰੂ ਕੀਤਾ ਵਾਸਤੇ ਹਾਂਜੀ ਇਹ ਸਰਕਾਰ ਨੂੰ ਆਉਣ ਤੋਂ ਬਾਅਦ ਉਹਨੂੰ ਬੰਦ ਕਰਨਾ ਚਾਹੀਦਾ ਸੀ ਠੀਕ ਹੈ ਜੀ ਪਰ ਉਹ ਬੰਦ ਕਰਨ ਦੀ ਬਜਾਏ ਉਹਨਾਂ ਗੈਰ ਕਾਨੂੰਨੀ ਧੰਦਿਆਂ ਨੂੰ ਕਾਂਗਰਸ ਲੀਡਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਦੇ ਵਿੱਚ ਆਪਤ ਦੇ ਵਿੱਚ ਲੜਾਈਆਂ, ਰੋਜ਼ ਗੋਲੀਆਂ, ਰੋਜ਼ ਇਹ ਕੁਝ ਹੋ ਰਿਹਾ। ਔਰ ਉਹਦੇ ਨਾਲ ਹਾਲਤ ਜੋ ਬੜੀ ਵਿਗੜਦੀ ਆ ਉਹ ਅਲੱਗ ਮੁੱਦਾ ਬੜਾ ਵੱਡਾ। ਅਗਲਾ ਫਿਰ ਅਸੀਂ ਹੁਣੇ ਮੈਂ ਜੋ ਪੰਜਾਬ ਯਾਤਰਾ ਕਰ ਰਹੇ ਆਂ ਅੱਜਕੱਲ ਉਹ ਜ਼ਮੀਨ ਤੋਂ ਮੁੱਦੇ ਚੁੱਕ ਕੇ ਲਿਆਉਂਦੇ ਆਂ ਜੀ। ਜੋ ਲੋਕਾਂ ਦੀ ਰੋਜ਼ ਦੀ ਜੋ ਜ਼ਿੰਦਗੀ ਆ ਉਹਦੇ ਵਿੱਚ ਜਿਵੇਂ ਇੱਥੇ ਟਾਟੇ ਇਹ ਮੁੱਦਾ ਜਲੰਧਰ ਦੇ ਵਿੱਚ ਜੋ ਇਹ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦਾ ਹਾਂਜੀ ਉਹਨੂੰ ਸਰਕਾਰੀ ਖਰਚੇ ਤੇ ਬਣਾਇਆ ਪਲਦਕ ਪ੍ਰਾਈਵੇਟ ਟਰਸਟ ਨੂੰ ਦਿੱਤਾ ਹੁਣ ਇੱਕ ਪ੍ਰਾਈਵੇਟ ਹਸਪੀਟਲ ਨੂੰ ਦੇਣ ਨੂੰ ਫਿਰਦੇ ਆ ਇਹ ਵਾਲਾ ਮੁੱਦਾ ਮਰਕੇ ਇਹੋ ਜਿਹੇ ਮੁੱਦੇ ਜੋ ਬਹੁਤ ਜ਼ਿਆਦਾ ਆਏ ਨੇ ਜੋ ਅਸੀਂ ਜਾ ਜਾ ਕੇ ਘੁੰਮ ਕੇ ਫਿਰਕੇ ਪੰਜਾਬ ਚੋ ਲੈ ਕੇ ਆ ਰਹੇ ਆ ਕਈ ਡਿਸਟ੍ਰਿਕਟ ਦਾ ਮੈਂ ਹੁਣ ਵਿਜ਼ਿਟ ਕਰ ਲੇ ਬਾਕੀ ਇਹ ਜੋ ਹੋਰ ਕਰਨੇ ਆ ਉਹ ਮੁੱਦੇ ਲੈ ਆ ਕੇ ਅਸੀਂ ਜ਼ਮੀਨ ਤੋਂ ਚੁੱਕ ਕੇ ਲੈ ਕੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਰੱਖਾਂਗੇ ਅੱਛਾ ਜੀ ਕੈਪਟਨ ਦੀ ਸਰਕਾਰ ਨੂੰ ਕੰਮ ਕਰਦੇ ਆ ਲਗਭਗ 1 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਤੇ ਕੀ ਇਸ ਇਸ ਸਰਕਾਰ ਨੇ ਸ਼ੁਰੂਆਤ ਠੀਕ ਕਰ ਲਈ ਹੈ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਤੁਸੀਂ ਸੰਤੁਸ਼ਟ ਹੋ ਦੇਖੋ ਜਦੋਂ ਇਹਨਾਂ ਨੇ ਪਹਿਲਾ ਫੈਸਲਾ ਲਿਆ ਸੀ ਜੀ ਹਾਂਜੀ ਅਗਲੇ ਦਿਨ ਹੀ ਦੂਜੇ ਦਿਨ ਹੀ ਕੈਬਨਟ ਨੇ ਅਸੀਂ ਉਹਨਾਂ ਫੈਸਲਿਆਂ ਦਾ ਵੈਲਕਮ ਕੀਤਾ ਸੀ ਪਰ ਨਾਲ ਦੀ ਨਾਲ ਇਹ ਵੀ ਕਿਹਾ ਸੀ ਕਿ ਇਹਨਾਂ ਨੂੰ ਲਾਗੂ ਕੀਤਾ ਜਾਵੇ ਕਾਗਜ਼ਾਂ ਤੇ ਨਾ ਰਹਿ ਜਾਣ ਹਾਂਜੀ ਪਰ ਉਹ ਬੜੇ ਅਫਸੋਸ ਦੀ ਗੱਲ ਆ ਕਿ ਉਹ ਜ਼ਿਆਦਾਤਰ ਫੈਸਲੇ ਉਹ ਕਾਗਜ਼ਾਂ ਤੇ ਹੀ ਹਾਂਜੀ ਲਾਗੂ ਨਹੀਂ ਹੋਈ ਹਾਂਜੀ ਉਹ ਉਹ ਇਹ ਹੁਣ ਜੇ ਨਾ ਕਹੇ ਲਾਲ ਬੱਤੀ ਬੰਦ ਕਰਨੀ ਹੈ ਜੀ ਹੁਣ ਛੋਟੀ ਜੀ ਗੱਲ ਹੈ ਕਿਹੜੀ ਵੱਡੀ ਗੱਲ ਹੈ ਹਾਂਜੀ ਵਿਰੋਧੀ ਧਿਰਤਾ ਸੀ ਉਹਦਾ ਉਹਦਾ ਪੂਰੀ ਸਪੋਰਟ ਕਰ ਰਹੇ ਆ ਉਹਨਾਂ ਦੇ ਆਪਣੇ ਹੀ ਆਪਣੇ ਉਹਨਾਂ ਦੇ ਐਮਐਲਏ ਤੇ ਆਪਣੇ ਮੰਤਰੀ ਉਹਦਾ ਵਿਰੋਧ ਕਰ ਰਹੇ ਆ ਠੀਕ ਹੈ ਉਹ ਤਾਂ ਹੁਣ ਸੈਂਟਰ ਨੇ ਕਰ ਦਿੱਤਾ ਹਾਂਜੀ ਤੇ ਤਾਂ ਕਰਕੇ ਉਹ ਲਾਗੂ ਹੋ ਗਿਆ ਬਾਕੀ ਹੋਰ ਵੀ ਜਿਹੜੇ ਫੈਸਲੇ ਆ ਉਹ ਅਜੇ ਤੱਕ ਇਹਨਾਂ ਨੇ ਲਾਗੂ ਨਹੀਂ ਕੀਤੇ ਹਾਂਜੀ ਤੇ ਉਹ ਜਲਦੀ ਤੋਂ ਜਲਦੀ ਲਾਗੂ ਹੋਣੇ ਚਾਹੀਦੇ ਨੇ ਤਾਂ ਫਿਰ ਵਿਧਾਨ ਸਭਾ ਦੇ ਵਿੱਚ ਅਸੀਂ ਇਹ ਇਹਦੇ ਬਾਰੇ ਸਰਕਾਰ ਨੂੰ ਘਿਰਾਂਗੇ ਠੀਕ ਹੈ ਜੀ ਫੂਲਕਾ ਜੀ ਕੇਂਦਰ ਵਿੱਚ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਚ ਭਾਜਪਾ ਦੀ ਸਰਕਾਰ ਨੂੰ ਕੰਮ ਕਰਦੇ ਆ ਲਗਭਗ 3 ਸਾਲ ਹੋਣ ਵਾਲੇ 3 ਸਾਲ ਦੀ ਜਿਹੜੀ ਇਸ ਸਰਕਾਰ ਦੀ ਕਾਰਗੁਜ਼ਾਰੀ ਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਕੇਂਦਰ ਸਰਕਾਰ ਨੇ ਵੀ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਹਾਂ ਜੀ ਜੋ ਭਾਜਪਾ ਦਾ ਮੈਨੀਫੈਸਟੋ ਚੁੱਕ ਲੋ ਜੀ ਹਾਂ ਜੀ ਭਾਜਪਾ ਦੇ ਮੈਨੀਫੈਸਟੋ ਦੇ ਵਿੱਚ ਜਿੰਨੇ ਵਾਦੇ ਸੀ ਉਹਨਾਂ ਚੋਂ ਮਿਲ ਕੇ ਮੁਸ਼ਕਲ ਨਾਲ ਹੀ ਕੋਈ ਕਦਾਈ ਪੂਰਾ ਹੋਇਆ ਨਹੀਂ ਅਜੇ ਪੂਰੀ ਨਹੀਂ ਕੀਤੇ ਹਾਂਜੀ ਸਭ ਤੋਂ ਵੱਡਾ ਵਾਦਾ ਜਿਹੜਾ ਕਾਲਾ ਧਨ ਖਤਮ ਕਰਾਂਗੇ ਕਿਤੇ ਨੇੜੇ ਤੇੜੇ ਵੀ ਨਹੀਂ ਲੋਕਾਂ ਨੂੰ ਲਾਈਨਾਂ 'ਚ ਖੜਾ ਦਿੱਤਾ ਉਹ ਇਹ ਨੋਟਬੰਦੀ ਕਰਕੇ ਕਾਲਾ ਧਨ ਕੇ ਜਿਹੜੇ ਖਤਮ ਹੁੰਦੇ ਨੇੜੇ ਤੇੜੇ ਵੀ ਨਹੀਂ ਫਿਰ ਕਿ ਬਾਹਰੋਂ ਪੈਸਾ ਲੈ ਕੇ ਆਵਾਂਗੇ ਹਾਂਜੀ ਨਵਾਂ ਪੈਸਾ ਨਹੀਂ ਜਿਆਇਆ ਹਾਂਜੀ 12 ਵਜੇ ਤੱਕ ਤਾਂ ਇਸੇ ਤਰ੍ਹਾਂ ਕਰਕੇ ਜੋ-ਜੋ ਵਾਦੇ ਇਹਨਾਂ ਨੇ ਕੀਤੇ ਸੀ ਹਾਂਜੀ ਉਹ ਅਜੇ ਤੱਕ ਪੈਨੇ ਅਜੇ ਤੱਕ ਇਹ ਪੂਰੇ ਨਹੀਂ ਕੀਤੇ ਗਏ ਹਾਂਜੀ ਫੂਲ ਕਾ ਜੀ ਤੁਸੀਂ ਲੰਮੇ ਸਮੇਂ ਤੋਂ ਨਵੰਬਰ 1984 ਦਾ ਜਿਹੜਾ ਸਿੱਖਤਲੇ ਆਮ ਸੀਗਾ ਉਹਦੇ ਮੁਕਦਮੇ ਜਿਹੜੇ ਆ ਲੜਦੇ ਆ ਰਹੇ ਆ ਇਹ ਬਹੁਤ ਸਾਰੇ ਬੰਦ ਕੇਸ ਆ ਤੁਸੀਂ ਮੁੜ ਕੇ ਸ਼ੁਰੂ ਕਰਾਇਆ ਬੜੀ ਲੰਮੀ ਜਦੋਜਹਿਦ ਤੁਸੀਂ ਕੀਤੀ ਆ ਇਸ ਸਮੇਂ ਜਿਹੜੇ ਕੇਸ ਤੁਹਾਡੇ ਵੱਲੋਂ ਲੜੇ ਜਾ ਰਹੇ ਆ ਉਹਨਾਂ ਦੀ ਕੀ ਸਥਿਤੀ ਹੈ ਅ ਦੇਖੋ ਹੁਣ ਤਾਂ ਮੈਂ ਕਿਉਂਕਿ ਮੰਤਰੀ ਪਦ ਹੋਣ ਤੋਂ ਬਾਅਦ ਮੈਂ ਖੁਦ ਜਾ ਕੇ ਕੋਰਟ ਵਿੱਚ ਪੇਸ਼ ਨਹੀਂ ਹੁੰਦਾ ਹਾਂਜੀ ਪਰ ਮੈਂ ਜ਼ਿਆਦਾਤਰ ਕੋਰਟ ਵਿੱਚ ਹਾਜ਼ਰ ਹੋਣਾ ਸਾਡੀ ਟੀਮ ਆ ਵਕੀਲਾਂ ਦੀ ਹਾਂਜੀ ਉਹ ਟੀਮ ਜਿਹੜੀ ਮੇਰੇ ਨਾਲ ਪਹਿਲਾਂ ਤੋਂ ਕੰਮ ਕਰ ਰਹੀ ਸੀ ਉਹ ਟੀਮ ਹੁਣ ਅੱਗੇ ਪੇਸ਼ ਹੁੰਦੇ ਆ ਮੇਰੀ ਗਾਈਡੈਂਸ ਦੇ ਅੰਦਰ ਤੇ ਮੇਰੀ ਬੇਟੀ ਪ੍ਰੋਫੈਸਰ ਇੱਕ ਹੋਰ ਉਹ ਉਹ ਟੀਮ ਨੂੰ ਅੱਗੇ ਦੇਖਦੀ ਆ ਹੁਣ ਜਿਹੜੇ ਕੇਸਾਂ ਦੀ ਪੋਜੀਸ਼ਨ ਇੱਕ ਤਾਂ ਜਿਹੜਾ ਕੇਸ ਹੋਣੇ ਤੁਸੀਂ ਪੜਿਆ ਹੋਣਾ ਟਰਾਈਟਰ ਦੇ ਖਿਲਾਫ ਲਾਈਟ ਡਾਇਰੈਕਟਰ ਟੈਸਟ ਉਹ 22 ਤਰੀਕ ਨੂੰ ਉਹਦੀ ਪੇਸ਼ੀ ਆ ਜੀ ਦੂਜਾ ਜਿਹੜਾ ਕੇਸ ਜੋ ਸੱਜਣ ਕੁਮਾਰ ਦੇ ਖਿਲਾਫ ਚੱਲ ਰਿਹਾ ਹਾਂਜੀ ਉਹ ਸੱਜਣ ਕੁਮਾਰ ਦੇ ਦੇ ਖਿਲਾਫ ਉਹ ਕੇਸ ਅਪੀਲ ਚੱਲ ਰਹੀ ਆ ਉਹ ਲਗਾਤਾਰ ਅਪੀਲ ਹਾਈ ਕੋਰਟ ਦੇ ਚੀਫ ਜਸਟਿਸ ਸੁਣ ਰਿਹਾ ਤੇ ਉਹਦੇ ਵਿੱਚ ਅਜੇ ਮਲਜਮਾ ਲੋਗ ਆਰਗੂਮੈਂਟ ਚੱਲ ਰਿਹਾ ਉਸ ਤੋਂ ਬਾਅਦ ਸੀਬੇ ਕਰੇਗੀ ਫਿਰ ਉਸ ਤੋਂ ਬਾਅਦ ਸਾਡੀ ਵਾਰੀ ਆਉਗੀ ਹਾਂਜੀ ਅਗਲੇ ਕੇਸ ਜਿਹੜੇ ਪੰਜ ਕੇਸ ਜਿਹੜੇ ਹਾਈ ਕੋਰਟ ਨੇ ਖੋਲੇ ਆ ਹਾਂਜੀ ਹੁਣ ਹੋਰ ਕੇਸ ਖੋਲੇ ਆ ਜਿਹੜੇ ਬਿਲਕੁਲ ਗਲਤ ਜਿਹੜੇ ਬੰਦ ਕੀਤੇ ਗਏ ਸੀ ਹਾਂਜੀ ਉਹ ਕੇਸਾਂ ਦੀ ਹੁਣ ਅਜੇ ਉਹਨਾਂ ਨੇ ਸ਼ੁਰੂਆਤ ਹੋਣੀ ਆ ਹਾਂਜੀ ਇੱਕ ਹੋਰ ਜੋ ਸਜਨ ਕੁਮਾਰ ਦੇ ਖਿਲਾਫ ਕੇਸ ਜੋ ਕਿ ਨੰਗਲੋਈ ਥਾਣੇ ਦਾ ਜਿਹਦੇ ਚ 1992 ਦੇ ਵਿੱਚ ਇਹਨਾਂ ਨੇ ਚਾਰ ਸ਼ੀਟ ਤਿਆਰ ਕਰ ਲਈ ਸੀ ਪਰ ਕੋਰਟ ਵਿੱਚ ਫਾਈਲ ਤੱਕ ਨਹੀਂ ਕੀਤੀ ਉਹ ਹੁਣ ਇਨਵੈਸਟੀਗੇਸ਼ਨ ਦੇ ਵਾਸਤੇ ਉਹ ਕੇਸ ਪੈਂਡਿੰਗ ਪਿਆ ਇੱਕ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹ ਜਿਹੜੇ ਕੇਸ ਪੁਰਾਣੇ ਬੰਦ ਕੀਤੇ ਹੋਏ ਸੀ ਉਹ ਸੁਪਰੀਮ ਕੋਰਟ ਨੇ ਫੈਸਲੇ ਮੰਗਾਈਆਂ ਕਿ ਅਸੀਂ ਐਗਜ਼ਾਮਨ ਕਰਾਂਗੇ ਕਿ ਜੇ ਬੰਦ ਕੀਤੇ ਠੀਕ ਬੰਦ ਕੀਤੇ ਆ ਕਿ ਗਲਤ ਬੰਦ ਕੀਤੇ ਆ ਉਹ ਵੀ ਚੱਲ ਰਹੀ ਹੈ ਇਹ ਇਸ ਟਾਈਮ ਪੋਜੀਸ਼ਨ ਹੈ ਜੀ ਕਿਸਾਨ ਦੀ ਫੂਲਕਾ ਜੀ ਅਖੀਰ ਵਿੱਚ ਤੁਸੀਂ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਵਜੋਂ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਅ ਸਾਡੀ ਪੂਰੀ ਕੋਸ਼ਿਸ਼ ਹੈ ਜੀ ਇਹ ਕਿ ਪੰਜਾਬ ਦੇ ਵਿੱਚ ਜਿਵੇਂ ਪਹਿਲਾਂ ਪਿਛਲੀ ਸਰਕਾਰ ਨੇ ਜੋ ਪੰਜਾਬ ਦੇ ਲੋਕਾਂ ਨੂੰ ਤੰਗ ਕੀਤਾ ਉਥੋਂ ਕੋਈ ਨਾ ਕੋਈ ਰਾਹਤ ਮਿਲੇ ਇਹ ਸਰਕਾਰ ਉਹ ਵਾਅਦੇ ਕਰਕੇ ਆਈ ਆ ਉਹ ਵਾਅਦੇ ਇਹ ਸਰਕਾਰ ਪੂਰੀ ਕਰੇ ਲੋਕਾਂ ਨੂੰ ਸਾਡੀ ਇਹ ਉਮੀਦ ਆ ਕਿ ਆਪਾਂ ਰਲ ਮਿਲ ਕੇ ਇਕੱਠੇ ਤੁਹਾਡੇ ਸਹਿਯੋਗ ਦੇ ਨਾਲ ਪੰਜਾਬ ਨੂੰ ਸੁਧਾਰਨਾ ਸਰਕਾਰ ਜੇਥੇ ਗਲਤੀ ਕਰੇਗੀ ਉਹ ਸਰਕਾਰ ਨੂੰ ਗਲਤੀ ਨਹੀਂ ਕਰਨ ਦੇਣਾ ਜੇ ਕਿਸੇ ਨਾਲ ਧੱਕਾ ਕਰੇਗੀ ਉਹਨਾਂ ਧੱਕਾ ਨਹੀਂ ਕਰਨ ਦੇਣਾ ਜੇ ਇਹ ਜਿਵੇਂ ਪਹਿਲੀ ਸਰਕਾਰ ਨੇ ਜ਼ਬਰਦਸਤੀ ਲੋਕਾਂ ਦੇ ਬਿਜ਼ਨਸ ਖੋਹੇ ਜ਼ਬਰਦਸਤੀ ਕੇਬਲ ਖੋਹੀ ਉਹ ਵਾਪਸ ਦੋਣੇ ਆ ਇਹਦੇ ਵਿੱਚ ਤੁਹਾਡੇ ਸਾਥ ਦੀ ਲੋੜ ਆ ਇਹ ਕਾਂਗਰਸ ਸਰਕਾਰ ਦੇ ਉੱਤੇ ਆਪਾਂ ਪੂਰੇ ਦਾ ਪੂਰਾ ਪ੍ਰੈਸ਼ਰ ਰੱਖੀਏ ਕਿ ਕਾਂਗਰਸ ਸਰਕਾਰ ਦਾ ਉਹਨਾਂ ਨੂੰ ਬਿਜ਼ਨਸ ਲੋਕਾਂ ਨੂੰ ਵਾਪਸ ਦੁਆਏ ਜਿੰਨਾਂ ਦੀ ਟ੍ਰਾਂਸਪੋਰਟਾਂ ਖੋਈਆਂ ਜਾਂਦੀ ਕੇਬਲ ਖੋਈ ਆ ਜਿੰਨੀਆਂ ਪ੍ਰੋਪਰਟੀਆਂ ਤੇ ਜ਼ੋਰਦਸਤੀ ਕਬਜ਼ੇ ਕੀਤੇ ਆ ਤੇ ਇਹਦੇ ਚ ਸਾਨੂੰ ਤੁਹਾਡੇ ਪੂਰੇ ਸਾਥ ਦੀ ਜ਼ਰੂਰਤ ਆ ਜਿੱਥੇ ਵੀ ਸਾਡੀ ਲੋੜ ਤੁਹਾਨੂੰ ਹੁੰਦੀ ਆ ਅਸੀਂ ਹਾਜ਼ਰ ਆਂ ਜੀ ਸਾਨੂੰ ਜਦੋਂ ਮਰਜ਼ੀ ਕੰਟੈਕਟ ਕਰੋ ਫੂਲ ਕਾ ਜੀ ਤੁਸੀਂ ਆਪਣਾ ਮਹੱਤਵਪੂਰਨ ਸਮਾਂ ਕੱਢ ਕੇ ਅਜੀਤ ਵੈਬ ਟੀਵੀ ਦੇ ਸਟੂਡੀਓ ਵਿੱਚ ਆਏ ਦੇਸ਼ ਦੀ ਰਾਜਨੀਤੀ ਬਾਰੇ ਪੰਜਾਬ ਦੇ ਪੱਖ ਦੇ ਮਸਲਿਆਂ ਬਾਰੇ ਤੇ ਆਮ ਆਦਮੀ ਪਾਰਟੀ ਦੀ ਅਜੋਕੀ ਸਥਿਤੀ ਬਾਰੇ ਆਪਣੇ ਜਿਹੜੇ ਵਿਚਾਰ ਆ ਸਾਡੇ ਨਾਲ ਸਾਂਝੇ ਕੀਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ੁਕਰੀਆ ਜੀ ਧੰਨਵਾਦ ਤੁਹਾਡੇ ਮਾਲਕ ਜੀ ਬਹੁਤ ਧੰਨਵਾਦ ਪਿਆਰੇ ਦਰਸ਼ਕੋਏ ਸਨ ਐਚ ਐਸ ਫੂਲਕਾ ਜੀ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਜਿਨ੍ਹਾਂ ਨੇ ਦੇਸ਼ ਦੀ ਰਾਜਨੀਤੀ ਬਾਰੇ ਪੰਜਾਬ ਦੀ ਰਾਜਨੀਤੀ ਬਾਰੇ ਅਤੇ ਆਮ ਆਦਮੀ ਪਾਰਟੀ ਦੇ ਬਾਰੇ ਮਹੱਤਵਪੂਰਨ ਸਵਾਲ ਸਾਡੇ ਨਾਲ ਸਾਂਝੇ ਕੀਤੇ ਆ ਉਹਨਾਂ ਦੇ ਜਵਾਬ ਦਿੱਤੇ ਆ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਂਗੇ ਧੰਨਵਾਦ ਸ਼ੁਕਰੀਆ